करते चाही जाना इहो रब दा है परमाना इहो रब दा है परमाना शुद्ध करते चाही जाना इहो रब दा है परमाना इहो रब दा है परमाना
ਪਾਪੀਆਂ ਦਾ ਉਹ ਹੈ ਬੇਲੀ ਉਸਨੇ ਸਭ ਨੂੰ ਪਾਰ ਲਗਾਉਣਾ ਇਹੋ ਰੱਬ ਦਾ ਹੈ ਪਰਮਾਣਾ ਇਹੋ ਰੱਬ ਦਾ ਹੈ ਪਰਮਾਣਾ ਯਿਸੂ ਦੇ ਦਰ ਤੇ ਚਾਹੀਦਾ ਜਾਣਾ ਇਹੋ ਰੱਬ ਦਾ ਹੈ ਪਰਮਾਣਾ ਇਹੋ ਰੱਬ ਦਾ ਹੈ ਪਰਮਾਣਾ ਬਾਪ ਅਤੇ ਬੇਟੇ ਅਤੇ ਰੂਪਾਖ ਦੇ ਨਾਮ ਉੱਤੇ ਆਮੇਨ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਫਸਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਖ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਨਾਲ ਵੀ ਹੋਵੇ ਪ੍ਰਭੂ ਯੇਸ਼ੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ ਅਤੇ ਬੱਚਿਓ ਸਾਰਿਆਂ ਨੂੰ ਜੈ ਯੇਸ਼ੂ ਮਸੀਹ ਦੀ ਜੈ ਯੇਸ਼ੂ ਮਸੀਹ ਦੀ ਅਸੀਂ ਖੁਦਾਵੰਦ ਪ੍ਰਭੂ ਯੇਸ਼ੂ ਦੇ ਪਾਕ ਹਜ਼ੂਰੀ ਵਿੱਚ ਆਏ ਹਾਂ ਖੁਦਾ ਦਾ ਧੰਨਵਾਦ ਅਤੇ ਵਡਿਆਈ ਕਰਨ ਦੇ ਲਈ ਇਸ ਪਾਕ ਮਸੀਹ ਕੁਰਬਾਨੀ ਦੇ ਰਾਹ ਹੀ ਅਸੀਂ ਪ੍ਰਭੂ ਦਾ ਸ਼ੁਕਰਗੁਜ਼ਾਰੀ ਕਰੀਏ ਪ੍ਰਭੂ ਦਾ ਧੰਨਵਾਦ ਕਰੀਏ ਸਾਨੂੰ ਰੋਜ਼ ਰੋਜ਼ ਸੰਭਾਲਣ ਵਾਲਾ ਸਾਡਾ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਹੈ ਅਤੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਪਾਕ ਮਸੀਹ ਕੁਰਬਾਨੀਆਂ ਚੜਾਏ ਜਾਂਦੇ ਹਨ ਖੁਦਾ ਦੇ ਸ਼ੁਕਰਗੁਜ਼ਾਰੀ ਦੇ ਲਈ ਖੁਦਾ ਦੇ ਧੰਨਵਾਦ ਦੇ ਲਈ ਅਤੇ ਪਾਕਮ ਕਲੀਸੀਆ ਦੇ ਵਿੱਚ ਬਹੁਤ ਸਾਰੇ ਸੰਦਾਂ ਅਤੇ ਸੰਦਨੀਆਂ ਹਨ ਜਿਨ੍ਹਾਂ ਨੇ ਖੁਦਾ ਦੀ ਸਿੱਖਿਆਵਾਂ ਨੂੰ ਆਪਣੇ ਦਿਲ ਵਿੱਚ ਰੱਖਦੇ ਹੋਏ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰਦੇ ਹੋਏ ਖੁਦਾ ਦੇ ਮਹਾਨ ਕੰਮ ਕਰਨ ਦੇ ਲਈ ਤਿਆਰ ਹੋ ਕੇ ਅੱਗੇ ਆਏ ਹਨ ਅੱਜ ਪਾਕਮ ਕਲੀਸੀਆ ਸੰਤ ਜੌਨ ਡੀ ਬ੍ਰਿਟੋ ਦਾ ਈਦ ਮਨਾ ਰਿਹਾ ਹੈ ਸੰਤ ਜੌਨ ਡੀ ਬ੍ਰਿਟੋ ਜੋ ਪੋਰਚੁਗਲ ਦੇਸ਼ ਦੇ ਵਿੱਚ ਜਨਮ ਲੈ ਕੇ ਖੁਦਾ ਦਾ ਇੱਕ ਸੇਵਕ ਬਣ ਕੇ ਆਪਣੇ ਭਾਰਤ ਦੇਸ਼ ਦੇ ਵਿੱਚ ਆਏ ਹਨ ਆਪਣੇ ਭਾਰਤ ਦੇਸ਼ ਦੇ ਵਿੱਚ ਖੁਦਾ ਦਾ ਕਲਾਮ ਸਾਰੇ ਲੋਕਾਂ ਦੇ ਕੋਲ ਪਹੁੰਚਾਉਂਦੇ ਹੋਏ ਆਪਣੇ ਦੇਸ਼ ਦੇ ਵਿੱਚ ਉਹ ਸ਼ਹੀਦ ਬਣੇ ਹਨ ਅਤੇ ਉਹ ਸ਼ਹੀਦ ਬਣ ਕੇ ਆਪਣਾ ਪੂਰਾ ਜ਼ਿੰਦਗੀ ਖੁਦਾ ਦੀ ਅੱਗੇ ਸਮਰਪਿਤ ਕਰਦੇ ਹੋਏ ਖੁਦਾ ਦੇ ਵਚਨ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ ਅੱਜ ਪਾਕਮ ਕਲੀਸੀਆ ਉਹ ਮਹਾਨ ਸੰਤ ਦਾ ਈਦ ਮਨਾ ਰਿਹਾ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਵਿੱਤਰ ਜ਼ਿੰਦਗੀ ਦੇ ਰਾਹ ਹੀ ਖੁਦਾ ਦੇ ਕੋਲ ਪਹੁੰਚਾਏ ਹਨ ਬਹੁਤ ਸਾਰੇ ਲੋਕਾਂ ਨੂੰ ਖੁਦਾ ਦਾ ਰਾਹ ਵਿਖਾਏ ਹਨ ਉਸ ਮਹਾਨ ਸੰਤ ਜੌਨ ਡੀ ਬ੍ਰਿਟੋ ਦਾ ਈਦ ਮਨਾਉਣ ਦੇ ਵੇਲੇ ਆਓ ਅਸੀਂ ਉਹਦੀ ਅੱਗੇ ਸਿਫਾਰਸ਼ ਕਰੀਏ ਉਹਦੀ ਸਿਫਾਰਸ਼ ਦੇ ਰਾਹ ਹੀ ਖੁਦਾ ਦੀ ਅਣਗਿਣਤ ਬਰਕਤ ਅਤੇ ਆਸ਼ੀਰਵਾਦ ਸਾਨੂੰ ਸਾਰਿਆਂ ਨੂੰ ਮਿਲੇ ਪ੍ਰਭੂ ਯੇਸ਼ੂ ਮਸੀਹ ਦੀ ਤਰ੍ਹਾਂ ਉਹ ਆਪਣੇ ਜਾਨ ਦੇ ਕੇ ਉਹ ਸ਼ਹੀਦ ਬਣ ਕੇ ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਉੱਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਨਮੂਨਾ ਦਿੱਤਾ ਹੈ ਕਿ ਅਸੀਂ ਪ੍ਰਭੂ ਦੇ ਲਈ ਆਪਣੇ ਵਿਸ਼ਵਾਸ ਦੀ ਖਾਤਰ ਮਰਨ ਲਈ ਵੀ ਤਿਆਰ ਹੋਣਾ ਚਾਹੀਦਾ ਹੈ ਆਓ ਅਸੀਂ ਉਸ ਮਹਾਨ ਸੰਤ ਜੌਨ ਡੀ ਬ੍ਰਿਟੋ ਦੇ ਪਵਿੱਤਰ ਹੱਥਾਂ ਦੇ ਵਿੱਚ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੇ ਸਾਰੇ ਲੋਕਾਂ ਨੂੰ ਅਤੇ ਖਾਸ ਕਰਕੇ ਸਾਰੇ ਪਰਿਵਾਰਾਂ ਨੂੰ ਪੇਸ਼ ਕਰੀਏ ਉਹਦੇ ਵਰਗਾ ਅਸੀਂ ਵੀ ਈਮਾਨ ਦੇ ਵਿੱਚ ਮਜ਼ਬੂਤ ਹੋ ਕੇ ਰਹਿਣ ਅਤੇ ਖੁਦਾ ਦੇ ਲਈ ਆਪਣੇ ਜਾਨ ਦੇਣ ਲਈ ਵੀ ਤਿਆਰ ਹੋਣ ਅਸੀਂ ਆਪਣੇ ਸਾਰੀਆਂ ਗੁਨਾਹ ਅਤੇ ਗਲਤੀਆਂ ਦੇ ਲਈ ਪ੍ਰਭੂ ਦੇ ਕੋਲੋਂ ਮਾਫ਼ੀ ਮੰਗੀਏ ਸਾਡੇ ਹਰ ਤਰ੍ਹਾਂ ਦੇ ਗੁਨਾਹ ਅਤੇ ਗਲਤੀਆਂ ਨੂੰ ਮਾਫ਼ ਕਰਕੇ ਪ੍ਰਭੂ ਯੇਸ਼ੂ ਮਸੀਹ ਸਾਨੂੰ ਪਵਿੱਤਰਤਾ ਦੇ ਵਰਦਾਨ ਦੇ ਨਾਲ ਭਰਪੂਰ ਕਰਨ ਤਾਂ ਕਿ ਅਸੀਂ ਸਾਰੇ ਪਾਕ ਪਵਿੱਤਰ ਬਣ ਕੇ ਇਹ ਪਾਕ ਮਸੀਹ ਕੁਰਬਾਨੀ ਨੂੰ ਯੋਗ ਢੰਗ ਦੇ ਨਾਲ ਅਸੀਂ ਚੜਾਉਣ ਦੇ ਲਈ ਅਸੀਂ ਸਾਰੇ ਯੋਗ ਬਣ ਜਾਣ ਮੇਰੇ ਭਰਾ ਅਤੇ ਭੈਣੋ ਅਸੀਂ ਆਪਣੀ ਸਾਰੀਆਂ ਗੁਨਾਹ ਅਤੇ ਗਲਤੀਆਂ ਨੂੰ ਖੁਦਾ ਦੀ ਪਾਕ ਹਜ਼ੂਰੀ ਵਿੱਚ ਸਮਰਪਿਤ ਕਰਦੇ ਹੋਏ ਅਸੀਂ ਸਾਰੇ ਮਿਲ ਕੇ ਆਖੀਏ ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ ਬੋਲਣ ਨਾਲ ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ ਆਪਣੇ ਦੋਸ਼ ਦੇ ਨਾਲ ਆਪਣੀ ਦੋਸ਼ ਦੇ ਨਾਲ ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ ਇਸ ਵੇਲੇ ਤਾਂ ਸਦਾ ਕੁਆਰੀ ਮਰੀਮ ਸਾਰਿਆਂ ਫਰਿਸ਼ਤਿਆਂ ਦੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ ਸਰਵ ਸ਼ਕਤੀਮਾਨ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ
ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ ਆਮੀਨ ਏ ਪ੍ਰਭੂ ਦਇਆ ਕਰ ਏ ਪ੍ਰਭੂ ਦਇਆ ਕਰ ਏ ਮਸੀਹਾ ਦਇਆ ਕਰ ਏ ਮਸੀਹਾ ਦਇਆ ਕਰ ਏ ਪ੍ਰਭੂ ਦਇਆ ਕਰ ਏ ਪ੍ਰਭੂ ਦਇਆ ਕਰ ਅਸੀਂ ਪ੍ਰਾਰਥਨਾ ਕਰੀਏ ਇਹ ਪੂਰੀ ਕੁਦਰਤ ਵਾਲੀ ਅਤੇ ਤਰਸਮੰਦ ਖੁਦਾ ਤੂੰ ਸੰਤ ਜੌਨ ਡੀ ਬ੍ਰਿਟੋ ਨੂੰ ਸ਼ਹਾਦਤ ਦੀ ਤਸੀਹੀਆਂ ਦੌਰਾਨ ਮਜ਼ਬੂਤ ਈਮਾਨ ਬਖਸ਼ੀਆਂ ਜ਼ਿੰਦਗੀ ਦੀਆਂ ਅਜਮਾਇਸ਼ਾਂ ਦੇ ਵਿੱਚ ਸਾਨੂੰ ਦਲੇਰੀ ਪ੍ਰਦਾਨ ਕਰ ਅਤੇ ਸ਼ੈਤਾਨ ਦੀ ਚਲਾਕੀ ਤੋਂ ਸਾਨੂੰ ਬਚਾ ਕੇ ਰੱਖ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹ ਗਈ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਖੁਦਾ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ ਆਮੇਨ ਅੱਜ ਦਾ ਪਾਠ ਕੁਰੰਥੀਆਂ ਦੇ ਨਾਮ ਸੰਤ ਪੌਲਸ ਦਾ ਪਹਿਲਾ ਪੱਤਰ ਉਹਦਾ ਨੌਂ ਅਧਿਆਏ 19 ਐਤ ਤੋਂ 27 ਐਤ ਤੱਕ ਕਿਉਂਕਿ ਭਾਵੇਂ ਮੈਂ ਸਭ ਲੋਕਾਂ ਤੋਂ ਆਜ਼ਾਦ ਹਾਂ ਫਿਰ ਵੀ ਮੈਂ ਆਪਣੇ ਆਪ ਨੂੰ ਸਭ ਦਾ ਗੁਲਾਮ ਬਣਾਇਆ ਹੈ ਤਾਂ ਜੋ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿੱਤ ਲਵਾਂ ਯਹੂਦੀਆਂ ਦੇ ਲਈ ਮੈਂ ਯਹੂਦੀਆਂ ਵਾਂਗ ਬਣਿਆ ਤਾਂ ਜੋ ਮੈਂ ਯਹੂਦੀਆਂ ਨੂੰ ਜਿੱਤ ਲਵਾਂ ਜੋ ਵਿਧਾਨ ਦੇ ਅਧੀਨ ਹਨ ਉਹਨਾਂ ਦੇ ਲਈ ਮੈਂ ਵਿਧਾਨ ਦੇ ਅਧੀਨ ਜਿਹਾ ਬਣਿਆ ਭਾਵੇਂ ਮੈਂ ਵਿਧਾਨ ਦੇ ਅਧੀਨ ਨਹੀਂ ਹਾਂ ਤਾਂ ਜੋ ਮੈਂ ਉਹਨਾਂ ਨੂੰ ਵਿਧਾਨ ਹੇਠ ਜਿੱਤ ਲਵਾਂ ਜੋ ਲੋਕ ਵਿਧਾਨ ਦੇ ਬਾਹਰ ਹਨ ਉਹਨਾਂ ਦੇ ਲਈ ਮੈਂ ਵਿਧਾਨ ਦੇ ਬਾਹਰ ਜਿਹਾ ਬਣਿਆ ਭਾਵੇਂ ਮੈਂ ਖੁਦਾ ਦੇ ਵਿਧਾਨ ਤੋਂ ਆਜ਼ਾਦ ਨਹੀਂ ਹਾਂ ਸਗੋਂ ਮੈਂ ਮਸੀਹ ਦੇ ਵਿਧਾਨ ਦੇ ਅਧੀਨ ਹਾਂ ਤਾਂ ਜੋ ਮੈਂ ਵਿਧਾਨ ਦੇ ਬਾਹਰ ਰਹਿਣ ਵਾਲਿਆਂ ਨੂੰ ਜਿੱਤ ਸਕਾਂ ਦੁਰਬਲ ਲੋਕਾਂ ਦੇ ਲਈ ਮੈਂ ਆਪ ਦੁਰਬਲ ਬਣਿਆ ਤਾਂ ਜੋ ਮੈਂ ਦੁਰਬਲ ਲੋਕਾਂ ਨੂੰ ਜਿੱਤ ਸਕਾਂ ਮੈਂ ਸਾਰੇ ਲੋਕਾਂ ਦੇ ਲਈ ਸਭ ਕੁਝ ਬਣ ਗਿਆ ਤਾਂ ਜੋ ਮੈਂ ਹਰ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ ਇਹ ਸਭ ਮੈਂ ਸ਼ੁਭ ਸਮਾਚਾਰ ਦੀ ਖਾਤਰ ਕਰਦਾ ਹਾਂ ਤਾਂ ਜੋ ਮੈਂ ਉਸ ਦੀਆਂ ਬਰਕਤਾਂ ਦਾ ਹਿੱਸੇਦਾਰ ਬਣ ਜਾਵਾਂ ਕਿ ਤੁਸੀਂ ਨਹੀਂ ਜਾਣਦੇ ਹੋ ਕਿ ਦੌੜ ਵਿੱਚ ਮੁਕਾਬਲੇ ਦੇ ਲਈ ਦੌੜਦੇ ਤਾਂ ਸਭ ਹਨ ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਕਿ ਤੁਹਾਨੂੰ ਇਨਾਮ ਮਿਲ ਜਾਵੇ ਸਭ ਕਸਰਤ ਕਰਨ ਵਾਲੇ ਖਿਡਾਰੀ ਸਭ ਗੱਲਾਂ ਵਿੱਚ ਆਤਮ ਸੰਯਮ ਰੱਖਦੇ ਹਨ ਉਹ ਕੁਮਲਾ ਜਾਣ ਵਾਲਾ ਸਿਹਰਾ ਪਾਉਣ ਲਈ ਇਸ ਲਈ ਇਸ ਤਰ੍ਹਾਂ ਕਰਦੇ ਹਨ ਪਰ ਅਸੀਂ ਕਦੇ ਨਾ ਕੁਮਲਾਉਣ ਵਾਲਾ ਸਿਹਰਾ ਪਾਉਣ ਦੇ ਲਈ ਇਸ ਲਈ ਮੈਂ ਦੌੜਦਾ ਹਾਂ ਪਰ ਬਿਨਾਂ ਮਕਸਦ ਦੇ ਨਹੀਂ ਮੈਂ ਮੁੱਕੇਬਾਜ਼ੀ ਕਰਦਾ ਹਾਂ ਪਰ ਹਵਾ ਵਿੱਚ ਮੁੱਕੇ ਨਹੀਂ ਮਾਰਦਾ ਮੈਂ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹਾਂ ਅਤੇ ਉਸਨੂੰ ਕਾਬੂ ਵਿੱਚ ਰੱਖਦਾ ਹਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਦੂਜਿਆਂ ਨੂੰ ਉਪਦੇਸ਼ ਦੇਣ ਦੇ ਬਾਅਦ ਮੈਂ ਆਪ ਅਯੋਗ ਕਰਾਰ ਕਰ ਦਿੱਤਾ ਜਾਵਾਂ ਇਹ ਪ੍ਰਭੂ ਦੀ ਪਾਕ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ ਸੂਰਜ ਤੇ
सब सितारे सारी बाजो परिंदारी चंद सूरज के सब सितारे के सारे खुशी दे मारे करो सितारे सितारिश खुदा बंदगी करो सितारिश करो त्योहार दे समय जड़े लोग आराधना दे लिए आए हुए सन उन्हां विच कुछ यूनानी सन ओ फिलिप दे कोल आए जो गलील दे बैतसैदा दा सी अते उन्होंने उसनु कहा श्रीमान जी असी येशु नु वेखना चाहुंदे हाँ। फिलिप ने जाके अंद्रयास नु कहा अते अंद्रयास फिलिप दे नाल गया अते उन्होंने येशु नु दसिया। येशु ने उन्होंने उत्तर दिता मनुख दे पुत्र दा महिमा पाउण दा समा आ गया है। मैं तुहानू सच सच कहिंदा हाँ जदों तक कणक दा दाणा जमीन विच नहीं डिगदा अते मर नहीं जांदा वह इकला ही रहिंदा है, पर जदों वो मर जांदा है तां बहुत फल पैदा करता है। जो अपने जीवन नू प्यार करता है वो उसनू गवा दिंदा है, पर जो इस संसार दे विच अपने जीवन नू नफरत करता है वो उसनू आनंद जीवन दे लई सुरक्षित रखेगा। जेकर कोई मेरे सेवा करता है वह मेरी पैरवी करे अते जिथे मैं हाँ उत्थे मेरा सेव भी होवेगा। जेकर कोई मेरी सेवा करता है ता बाप उहदा सन्मान करेगा। हुण मेरी जान घबराउंदी है अते मैं की करा, बाप इस गड़ी तो मैनू बचाओ, पर नहीं इसे सदके ता मैं इस गड़ी तक आया हाँ। बाप अपने नाम नू महिमा दियो। तद सुरगां तो एक आवाज़ आई, मैं उसनु महिमा दित्ती है अते फिर उसनु महिमा देवांगा। लागे खड़ी पीड़ ने यह सुनिया अते उन्होंने कहा कि बदल गरजिया है। होरना ने कहा एक फरिश्ता उस दो नाल बोलिया है,
यीशु ने उत्तर दिता, ये आवाज़ तुहाडे लिए आई है, मेरे लिए नहीं। हुण इस संसार का न्याय हुंदा है, हुण इस संसार के हाकम नूं बाहर कढ दिता जाएगा, अते जदों मैं धरती तो उदां उठाया जावांगा, सारे मनुखां नूं अपने वल खिच लवांगा। प्रभु यीशु मसीह दा पवित्र अंजील। तेरी महिमा होवे ऐ मसीहा। प्रभु यीशु मसीह विच मेरे प्यारे भराओ ते भैणो अते बच्चियो, अज पाकमा कलीसिया एक महान शहीद संत दा ईद मना रहा है, संत जॉन डी ब्रिटो। पोर्चुगल देश दे विच रहंदे होए संत फ्रांसिस सेवियर दा नमूने वेख के, उहदा जिंदगी वेख के, उहदा जिंदगी दे असर दे नाल संत जॉन डी ब्रिटो भी जस्यूट जमात दे विच एक पुरोहित बनिया। जब वो एक पुरोहित बनिया, वह पुरोहित बनने तो तुरंत बाद उस समा तो उहदे विच इतना ज़्यादा जोश सी, जिस तरह संत फ्रांसिस सेवियर ने अपने भारत देश दे विच आके खुदा का प्रचार किया, उसी तरह वह भी चाहते हैं कि वो अपने देश तो निकल के होर किते दूर जाके खुदा का वचन का प्रचार करन। माँ ने अपने देश तो नहीं जाने दे लई कई बारी सिफारिश की है, कई कलीसिया दी अधिकारियां दे उत्थे उन्हों ना कलो, पर वो कहिंदा खुदा ने मैनू बुलाया है खुदा दा काम करन दे लई, अते मैं जरूर जाके खुदा दा वचन दा प्रचार करा। अते इस तरह वो अपने देश दे विच, खास करके तमिलनाडु दे विच मधुरे मिशन दा विच शामिल होया, अते उत्थे लोकां नू खुदा दा वचन सुनाना शुरू किया। उन्हें अपनी जिंदगी विच काफ़ी मुश्किलों ते मुसीबतों की सामना की, पर यह सब मुश्किलों ते मुसीबतों नू खुदावंद प्रभु यीशु मसीह दे अगे समर्पित करते हुए अपने मिशन का काम नू बड़े जोश दे नाल, बड़े सही ढंग दे नाल करते सी, अते बहुत सारे लोगों ने प्रभु नू कबूल किया अपने संत जॉन डी ब्रिटो दे राही। अते इसी तरह उन्हें अपनी जिंदगी विच दुख तकलीफा अगे वधदे रहा, अदे वो अपने देश के विच सारे खुदा दे वचन का प्रचार करते हुए शहीद बनिया है। अदे वो महान शहीद दा जिंदगी बहुत सारे लोगों के उत्ते इन्ना नमूना दिता है, लोगों ने प्रभु येशु नू प्यार करन लगा, लोगों ने प्रभु येशु दे हर गल नू मनन लगा, प्रभु येशु दे सिक्ख्यावां नू अपने दिल विच रखन लगा, अदे इसी तरह प्रभु नू लोगों ने कबूल किया है। अदे असी वेखदे हाँ पाकमा कलीसिया के शुरू शुरू के संत स्टीफनोस कलीसिया के सब तो पहला शहीद बनिया, उस समा तो लैके लोग शहीदी हासिल करने के लिए हमेशा तैयार रहिंदा सी। कारण यह है प्रभु येशु मसीह ने सलीब के उत्ते अपने जान कुरबान कर दिती है, अपने जान दे दिती है, अदे ओहो ही प्रभु येशु के राह नू अपनाउंदे होए बहुत सारे संदा ते संदनिया खुदावंद प्रभु येसु दे लई शहीदी दा ताज हासिल करन दे लई कोशिश करदे हाँ। अते असी वेखदा भी है इन्हां शहीदां दे खून दे राही कलीसिया उगिया है, इन्हां शहीदां दे खून दे राही कलीसिया उगिया है, इसलिए वो कलीसिया मजबूत है। बहुत सारे लोगों ने अपने जान कुरबान कर दिती हैं, जिन्हां लोगों ने प्रभु येसु दे उस वचन नूं अपने दिल विच रखिया है, जदों तक कणक का दाना जमीन विच डिग के मर ना जावे वो इकला ही रहिंदा है, पर वो मर जाता है बहुत फल पैदा करता है। अते कलीसिया दे बहुत सारे लोग प्रभु येशु नू कबूल करन तो बाद उन्हें अपने आप नू त्याग दिता है, अपने आप नू मार दिता है, क्योंकि वो दे राह बहुत ज़्यादा फल पैदा कर। अते कलीसिया दे विच वो सारे फल असीं वेखदे हाँ, इन्हां महान संदा ते संदनियां दी जिंदगी, अदे इन्हां संदा ते संदनियां दी शहीदी दे कारण
ਅੱਜ ਅਸੀਂ ਸਾਰੇ ਵਿਸ਼ਵਾਸ ਦੇ ਨਾਲ ਭਰਪੂਰ ਹੋਏ ਹਨ, ਪ੍ਰਭੂ ਯੇਸ਼ੂ ਨੂੰ ਕਬੂਲ ਕੀਤੇ ਹਨ। ਇਹਨਾਂ ਲੋਕਾਂ ਨੇ ਆਪਣੇ ਨਮੂਨੇ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਮਜ਼ਬੂਤ ਵਿਸ਼ਵਾਸੀ ਬਣਾਏ ਹਨ। ਅਤੇ ਆਪਣੇ ਆਪ ਨੂੰ ਤਿਆਗਣਾ, ਆਪਣੇ ਪੂਰੇ ਜ਼ਿੰਦਗੀ ਨੂੰ ਖੁਦਾ ਦੇ ਲਈ ਤਿਆਗ ਦੇਣਾ, ਇਹ ਦੁਨੀਆ ਅਤੇ ਦੁਨੀਆ ਦੇ ਹਰ ਚੀਜ਼ਾਂ ਨੂੰ ਅਤੇ ਹਰ ਖੁਸ਼ੀ ਨੂੰ ਤਿਆਗ ਦੇਣਾ ਪ੍ਰਭੂ ਦੇ ਲਈ, ਪ੍ਰਭੂ ਦੀ ਖਾਤਰ, ਅਤੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਸਭ ਕੁਝ ਮੰਨਣਾ, ਇਹ ਇਹਨਾਂ ਸੰਤਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੈ। ਅਤੇ ਇਹਨਾਂ ਨੂੰ ਸਵਰਗ ਦੇ ਵਿੱਚ ਖੁਦਾ ਦੀ ਰੁਤਬਾ ਮਿਲੀ ਹੈ, ਉਹ ਸਵਰਗ ਰਾਜ ਦੇ ਵਿੱਚ ਖੁਦਾ ਦੀ ਪਾਕ ਹਜ਼ੂਰੀ ਵਿੱਚ ਹੈ। ਅਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਸਾਨੂੰ ਸਾਰਿਆਂ ਨੂੰ ਇਹੋ ਹੀ ਨਮੂਨਾ ਦਿੰਦੇ ਹਨ। ਸਾਡੇ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖਾਂ, ਮੁਸੀਬਤਾਂ, ਪਰੇਸ਼ਾਨੀਆਂ, ਬਿਮਾਰੀਆਂ ਸਭ ਕੁਝ ਆ ਜਾਂਦੇ ਹਨ, ਪਰ ਇਹਨਾਂ ਸਾਰੇ ਦੁੱਖ ਤਕਲੀਫਾਂ ਨੂੰ ਪ੍ਰਭੂ ਯੇਸ਼ੂ ਦੇ ਲਈ, ਪ੍ਰਭੂ ਯੇਸ਼ੂ ਦੇ ਪਾਕ ਸਲੀਬ ਦੇ ਲਈ ਅਸੀਂ ਸਹਿਣ ਕਰਨਾ, ਇਹ ਇਹਨਾਂ ਸੰਦਾਂ ਅਤੇ ਸੰਦਰੀਆਂ ਦੇ ਜਾਂ ਇਹਨਾਂ ਸ਼ਹੀਦਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੇ ਹਨ। ਇਹ ਦੁਨੀਆ ਦੇ ਵਿੱਚ ਦੁੱਖ ਮੁਸੀਬਤਾਂ ਤੋਂ ਬਿਹਰ ਹੋਰ ਕੋਈ ਨਹੀਂ ਹੈ। ਸਭ ਮਨੁੱਖ ਦੇ ਵਿੱਚ ਕਈ ਤਰ੍ਹਾਂ ਦਾ ਦੁੱਖ ਹੈ, ਜਿੰਨਾ ਵੀ ਅਮੀਰ ਹੋ, ਜਿੰਨਾ ਵੀ ਗਰੀਬ ਹੋ, ਹਰ ਇੱਕ ਮਨੁੱਖ ਦੇ ਵਿੱਚ ਕਈ ਤਰ੍ਹਾਂ ਦਾ ਦੁੱਖ ਹੈ, ਕਈ ਤਰ੍ਹਾਂ ਦਾ ਪਰੇਸ਼ਾਨੀ ਹੈ, ਕਈ ਤਰ੍ਹਾਂ ਦਾ ਮੁਸ਼ਕਿਲਾਂ ਹੈ, ਕਈ ਤਰ੍ਹਾਂ ਦਾ ਬਿਮਾਰੀਆਂ ਹਨ। ਪਰ ਉਹਨਾਂ ਸਾਰੇ ਦੁੱਖਾਂ ਅਤੇ ਮੁਸੀਬਤਾਂ ਨੂੰ ਸਾਹਮਣਾ ਕਰਨ ਦੇ ਲਈ ਖੁਦਾ ਦੇ ਕੋਲੋਂ ਸਾਨੂੰ ਸ਼ਕਤੀ ਮਿਲਦੇ ਹਾਂ, ਉਹ ਸਾਨੂੰ ਹਮੇਸ਼ਾ ਸੰਭਾਲ ਕੇ ਰੱਖਦੇ ਹਾਂ। ਅੱਜ ਦੇ ਅੰਜੀਲ ਵਿੱਚ ਅਸੀਂ ਵੇਖੀਆਂ ਹੈ, ਕੁਝ ਯੂਨਾਨੀ ਲੋਕ ਪ੍ਰਭੂ ਨੂੰ ਮਿਲਣਾ ਚਾਹੁੰਦਾ ਸੀ, ਅਤੇ ਉਹ ਸਭ ਤੋਂ ਪਹਿਲੇ ਫਿਲੀਪੋਸੇ ਕੋਲ ਆਇਆ, ਫਿਲੀਪੋਸ ਅੰਦਰਿਆਸੇ ਕੋਲ ਆਇਆ, ਅਤੇ ਉਹ ਅੰਦਰਿਆਸ ਅਤੇ ਫਿਲੀਪੋਸ ਦੋਨੋਂ ਇਹਨਾਂ ਲੋਕਾਂ ਨੂੰ ਪ੍ਰਭੂ ਦੇ ਨਾਲ ਮੁਲਾਕਾਤ ਕਰਦੇ ਹਾਂ। ਅਤੇ ਅਸਲ ਸਾਰਿਆਂ ਦਾ ਇਸ ਆਧੁਨਿਕ ਦੁਨੀਆ ਦੇ ਵਿੱਚ ਸਾਡਾ ਸਾਰਿਆਂ ਦਾ ਰੋਲ ਕਿਆ ਹੈ? ਅਸਾਂ ਸਾਰੇ ਯੇਸ਼ੂ ਮਸੀਹ ਦੇ ਉਹਨੇ ਵਿਸ਼ਵਾਸ ਕਰਨ ਵਾਲੇ, ਅਸਾਂ ਸਾਰਿਆਂ ਦਾ ਇਹੀ ਸਾਡਾ ਮਿਸ਼ਨ ਹੈ, ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣਾ, ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣਾ, ਜਾਂ ਪ੍ਰਭੂ ਦੇ ਪਿਆਰ ਅਤੇ ਪ੍ਰਭੂ ਦਾ ਸ਼ਾਂਤੀ ਅਨੁਭਵ ਕੀਤੇ ਹੋਏ ਅਸਾਂ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣਾ। ਅਤੇ ਉਹ ਲੋਕ ਵੀ ਜਿਨ੍ਹਾਂ ਨੇ ਅੱਜ ਤੱਕ ਪ੍ਰਭੂ ਦਾ ਪਿਆਰ ਨਹੀਂ ਅਨੁਭਵ ਕੀਤਾ, ਜਿਨ੍ਹਾਂ ਨੇ ਅੱਜ ਤੱਕ ਪ੍ਰਭੂ ਦਾ ਸ਼ਾਂਤੀ ਨਹੀਂ ਅਨੁਭਵ ਕੀਤਾ, ਘਰ ਦੇ ਵਿੱਚ ਕਈ ਤਰ੍ਹਾਂ ਦਾ ਲੜਾਈ ਝਗੜਾ ਹੈ, ਕਈ ਤਰ੍ਹਾਂ ਦਾ ਵੇਰ ਵਿਰੋਧ ਹੈ, ਅਤੇ ਉਹ ਸਭ ਕੁਝ ਕਈ ਤਰ੍ਹਾਂ ਦਾ ਦੁੱਖ ਤਕਲੀਫ ਹੈ, ਕਈ ਤਰ੍ਹਾਂ ਦਾ ਕਮੀਆਂ ਹੈ, ਉਹਨਾਂ ਸਾਰੇ ਪਰਿਵਾਰਾਂ ਨੂੰ ਪ੍ਰਭੂ ਦੇ ਨਾਲ ਮਿਲਾਉਣਾ, ਇਹ ਸਾਡਾ ਬਹੁਤ ਵੱਡਾ ਇੱਕ ਫਰਜ਼ ਬਣਦਾ ਹੈ। ਜਿਸ ਤਰ੍ਹਾਂ ਉਹਨਾਂ ਚੇਲਿਆਂ ਨੇ ਉਹਨਾਂ ਲੋਕਾਂ ਨੂੰ ਪ੍ਰਭੂ ਦੇ ਕੋਲ ਲੈ ਕੇ ਗਿਆ, ਉਸੇ ਤਰ੍ਹਾਂ ਸਾਡਾ ਵੀ ਫਰਜ਼ ਹੈ, ਅਤੇ ਜਿੰਨਾਂ ਵੀ ਲੋਕਾਂ ਨੂੰ ਅਸੀਂ ਪ੍ਰਭੂ ਦੇ ਕੋਲ ਲੈ ਕੇ ਜਾ ਸਕਦੇ। ਅਤੇ ਉਹਦੇ ਲਈ ਸਭ ਤੋਂ ਪਹਿਲਾਂ ਸਾਡਾ ਆਪਣਾ ਜ਼ਿੰਦਗੀ ਪ੍ਰਭੂ ਦੇ ਫਸਲ ਦੇ ਨਾਲ ਭਰਪੂਰ ਹੋਣਾ ਚਾਹੀਦਾ, ਪ੍ਰਭੂ ਦੀ ਬਰਕਤਾਂ ਦੇ ਨਾਲ ਭਰਪੂਰ ਹੋਣਾ ਚਾਹੀਦਾ, ਪ੍ਰਭੂ ਦੇ ਸ਼ਾਂਤੀ ਦੇ ਨਾਲ ਭਰਪੂਰ ਹੋਣਾ ਚਾਹੀਦਾ। ਜਦ ਖੁਦਾ ਦਾ ਸ਼ਾਂਤੀ ਸਾਡੇ ਵਿੱਚ ਹੈ, ਅਸੀਂ ਉਹ ਸ਼ਾਂਤੀ ਦੂਸਰਿਆਂ ਨੂੰ ਦੇ ਸਕੋਗੇ। ਜਦ ਖੁਦਾ ਦਾ ਪਿਆਰ ਸਾਡੇ ਵਿੱਚ ਹੈ, ਅਸੀਂ ਉਹ ਪਿਆਰ ਦੂਸਰਿਆਂ ਨੂੰ ਦੇਣ ਲਈ ਯੋਗ ਬਣੇਗਾ। ਇਸ ਲਈ ਸਾਨੂੰ ਚਾਹੀਦਾ ਹੈ ਅੱਜ ਦੀ ਇਸ ਮਹਾਨ ਸੰਦ ਆਪਣੀ ਜ਼ਿੰਦਗੀ 'ਤੇ ਆ ਗਈ, ਆਪਣੇ ਕਾਰੋਬਾਰ, ਆਪਣਾ ਦੇਸ਼, ਆਪਣਾ ਪੂਰਾ ਜ਼ਿੰਦਗੀ, ਆਪਣਾ ਸਭ ਕੰਮ ਨੂੰ ਛੋੜ ਕੇ ਸਾਡੇ ਆਪਣੇ ਦੇਸ਼ ਦੇ ਵਿੱਚ ਆਏ ਹਨ, ਸਾਡੇ ਆਪਣੇ ਦੇਸ਼ ਵਿੱਚ ਆ ਕੇ ਖੁਦਾ ਦਾ ਵਚਨ ਦਾ ਪ੍ਰਚਾਰ ਕਰਨ ਦੇ ਲਈ, ਪ੍ਰਭੂ ਦਾ ਕੰਮ ਕਰਨ ਦੇ ਲਈ, ਅਤੇ ਪ੍ਰਭੂ ਨੂੰ ਸਾਰੇ ਲੋਕਾਂ ਦੇ ਕੋਲ ਪਹੁੰਚਾਉਣ ਦੇ ਲਈ। ਅਤੇ ਇਸੇ ਤਰ੍ਹਾਂ ਅਸੀਂ ਵੀ, ਸਾਡਾ ਜ਼ਿੰਦਗੀ ਦਾ ਫਰਜ਼ ਹੈ ਕਿ ਅਸੀਂ ਵੀ ਦੂਸਰੇ ਲੋਕਾਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਮੁਲਾਕਾਤ ਕਰਾਉਣਾ ਹੈ, ਪ੍ਰਭੂ ਯੇਸ਼ੂ ਮਸੀਹ ਦੇ ਨਾਲ ਮੁਲਾਕਾਤ ਕਰਾਉਣਾ ਹੈ। ਇਹ ਸਾਡਾ ਇੱਕ ਬਹੁਤ ਵੱਡਾ ਫਰਜ਼ ਹੈ, ਸਾਡਾ ਸਭ ਤੋਂ ਵੱਡਾ ਮਿਸ਼ਨ ਹੈ, ਤਾਂ ਕਿ ਉਹ ਲੋਕ ਵੀ ਪ੍ਰਭੂ ਦਾ ਪਿਆਰ ਨੂੰ ਅਨੁਭਵ ਕਰੇ, ਪ੍ਰਭੂ ਦਾ ਸ਼ਾਂਤੀ ਨੂੰ ਅਨੁਭਵ ਕਰੇ, ਪ੍ਰਭੂ ਦਾ ਮਾਫ਼ੀ ਅਨੁਭਵ ਕਰੇ। ਬਹੁਤ ਸਾਰੇ ਦੁੱਖ ਤਕਲੀਫਾਂ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਅਸ਼ਾਂਤੀ ਅਸੀਂ ਵੇਖਦੇ ਹਾਂ, ਦੁੱਖਾਂ ਅਸੀਂ ਵੇਖਦੇ ਹਾਂ, ਅਤੇ ਉਹਨਾਂ ਸਾਰੇ ਲੋਕਾਂ ਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹਨਾਂ ਲੋਕਾਂ ਨੂੰ ਪ੍ਰਭੂ ਯੇਸ਼ੂ ਦੇ ਨਾਲ ਅਸੀਂ ਮੁਲਾਕਾਤ ਕਰੀਏ, ਪ੍ਰਭੂ ਯੇਸ਼ੂ ਉਹਨਾਂ ਦੇ ਘਰ ਵਿੱਚ ਆ ਜਾਵੇ, ਪ੍ਰਭੂ ਯੇਸ਼ੂ ਉਹਨਾਂ ਦੀ ਜ਼ਿੰਦਗੀ ਵਿੱਚ ਆ ਜਾਵੇ, ਤਾਂ ਕਿ ਉਹ ਵੀ ਖੁਦਾ ਦਾ ਮਾਫ਼ੀ ਦੇ ਨਾਲ, ਖੁਦਾ ਦੀ ਬਰਕਤਾਂ ਦੇ ਨਾਲ ਭਰਪੂਰ ਹੋ ਕੇ ਰਹਿਣ। ਇਹਨਾਂ ਲੋੜਾਂ ਦੇ ਲਈ ਅਤੇ ਇਹਨਾਂ ਖਾਸ ਪ੍ਰਾਰਥਨਾ ਅਸੀਂ ਇਹ ਪਾਕਮਾਸੀ ਕੁਰਬਾਨੀ ਦੇ ਰਾਹੀਂ ਕਰੀਏ। ਸਾਰੇ ਪਰਿਵਾਰਾਂ ਦੇ ਵਿੱਚ ਖੁਦਾ ਦੀ ਬਰਕਤ ਆ ਜਾਵੇ, ਸਾਰੇ ਘਰਾਂ ਦੇ ਵਿੱਚ ਖੁਦਾ ਦੀ ਸ਼ਾਂਤੀ ਆ ਜਾਵੇ, ਸਾਰੇ ਲੋਕਾਂ ਨੂੰ ਖੁਦਾ ਆਪਣੀ ਬਰਕਤਾਂ ਦੇ ਨਾਲ ਮਾਲਾਮਾਲ ਕਰੇ, ਤਾਂ ਕਿ ਸਭ ਸਹੀ ਸਲਾਮਤ, ਖੁਸ਼ੀ ਦੇ ਨਾਲ, ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਰਹਿ ਸਕਣ। ਆਓ ਅਸੀਂ ਉਸ ਮਹਾਨ ਸੰਤ ਜੋਨ ਡੀ ਬ੍ਰਿਟੋ ਦੇ ਅੱਗੇ ਬੇਨਤੀ ਕਰਾਂਗੇ, ਉਹਦੇ ਅੱਗੇ ਸਿਫਾਰਸ਼ ਕਰਾਂਗੇ, ਜਿਸ ਤਰ੍ਹਾਂ ਬੜੇ ਹਿੰਮਤ ਦੇ ਨਾਲ ਖੁਦਾ ਦਾ ਵਚਨ ਦਾ ਪ੍ਰਚਾਰ ਕੀਤਾ, ਉਸੇ ਤਰ੍ਹਾਂ ਸਾਨੂੰ ਵੀ ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਦੇ ਲਈ ਹਿੰਮਤ ਦੇਵੇ। ਜਿੱਥੇ ਵੀ ਜਾ ਕੇ ਅਸੀਂ ਪ੍ਰਭੂ ਯੇਸ਼ੂ ਨੂੰ ਪਹਿਚਾਣ ਕਰਾਉਣ ਦੇ ਲਈ,
ਜਿੱਥੇ ਵੀ ਜਾ ਕੇ ਅਸੀਂ ਪ੍ਰਭੂ ਯੇਸ਼ੂ ਦਾ ਚੇਲਾ ਹੈ, ਪ੍ਰਭੂ ਯੇਸ਼ੂ ਦਾ ਨਾਮ ਅਸੀਂ ਵੀ ਆਪਣੇ ਦਿਲ ਦੇ ਵਿੱਚ ਸਵੀਕਾਰ ਕੀਤਾ ਹੈ, ਉਹਦਾ ਐਲਾਨ ਕਰਨ ਦੇ ਲਈ ਸਾਨੂੰ ਹਿੰਮਤ, ਸ਼ਕਤੀ ਅਤੇ ਤਾਕਤ ਦੇਵੇ। ਉਹਦੇ ਲਈ ਅਸੀਂ ਸਾਡੇ ਅੱਜ ਦੇ ਸੰਤ ਜੌਨ ਡੀ ਬ੍ਰਿਟੋ ਦੇ ਅੱਗੇ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਖੁਦਾ ਆਪਣੀ ਬਰਕਤਾਂ ਦੇ ਨਾਲ ਇਹ ਸੰਤ ਦੀ ਸਿਫਾਰਿਸ਼ ਦੇ ਰਾਹੀਂ ਉਹ ਆਪਣੀ ਬਰਕਤ ਅਤੇ ਆਸ਼ੀਰਵਾਦ ਸਾਨੂੰ ਦੇਣ, ਤਾਂ ਕਿ ਉਹਦੇ ਰਾਹੀਂ ਬੜੇ ਹਿੰਮਤ ਦੇ ਨਾਲ ਸਾਡਾ ਵਿਸ਼ਵਾਸ ਗਵਾਹੀ ਦੇਣ ਲਈ ਅਸੀਂ ਵੀ ਤਿਆਰ ਹੋਣ। ਉਹ ਸਾਡੇ ਆਪਣੇ ਘਰ ਦੇ ਵਿੱਚ ਹੋਵੇ, ਆਪਣੇ ਆਲੇ ਦੁਆਲੇ ਰਹਿਣ ਵਾਲੇ ਗੁਆਂਢੀ ਦੇ ਵਿਚਕਾਰ ਹੋਵੇ, ਸਾਡੇ ਭੈਣਾਂ ਭਰਾਵਾਂ ਦੇ ਕੋਲ ਹੋਵੇ, ਅਸੀਂ ਇਹ ਗਵਾਹੀ ਦੇਣਾ ਹੈ, ਕਿਉਂਕਿ ਮੈਂ ਪ੍ਰਭੂ ਯੇਸ਼ੂ ਦਾ ਚੇਲਾ ਹੈ, ਮੈਂ ਪ੍ਰਭੂ ਯੇਸ਼ੂ ਨੂੰ ਮੰਨਦਾ ਹੈ, ਮੈਂ ਪ੍ਰਭੂ ਯੇਸ਼ੂ ਦੇ ਨਾਲ ਰਹਾਂਗਾ, ਮੈਂ ਆਪਣਾ ਪੂਰਾ ਜ਼ਿੰਦਗੀ ਪ੍ਰਭੂ ਯੇਸ਼ੂ ਦੇ ਨਾਲ ਰਹਿ ਕੇ ਮੈਂ ਪੂਰਾ ਜ਼ਿੰਦਗੀ ਪ੍ਰਭੂ ਦੇ ਲਈ ਮਰਨ ਲਈ ਵੀ ਤਿਆਰ ਹੈ। ਇਸ ਤਰ੍ਹਾਂ ਦਾ ਹਿੰਮਤ ਅਤੇ ਬਰਕਤ ਦੇ ਲਈ ਆਓ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਪ੍ਰਭੂ ਸਾਨੂੰ ਸਾਰਿਆਂ ਨੂੰ ਆਸ਼ਾ ਅਤੇ ਬਰਕਤਾਂ ਦੇ ਨਾਲ ਮਾਲਾ ਮਾਲ ਕਰੇ। ਆਮੇਨ। ਸੁਨਾਨੇ ਆਇਆ ਹੂੰ ਦਿਲ ਕੀ ਪੁਕਾਰ ਸਵਾਮੀ।
ਤੇ ਪੈਣੋ ਪ੍ਰਾਰਥਨਾ ਕਰੋ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ ਪ੍ਰਭ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਉੱਤੇ ਵਡਿਆਈ ਦੇ ਲਈ ਨਾਲੇ ਸਾਡੀ ਸਾਰੀ ਪਾਕ ਨਿਸ਼ਚੇ ਦੇ ਭਲੇ ਲਈ ਕਬੂਲ ਕਰੇ ਹੇ ਪ੍ਰਭੂ ਆਪਣੇ ਬਰਕਤ ਦੀ ਸ਼ਕਤੀ ਦੇ ਨਾਲ ਇਹਨਾਂ ਨਜ਼ਰਾਨੀਆਂ ਨੂੰ ਪਾ ਕਰ ਸਾਡੇ ਵਿੱਚ ਕੀ ਇਹ ਜਿੰਦਾ ਅੱਗ ਨੂੰ ਫੜਕਾ ਦੇ ਜਿਸ ਨੇ ਸੰਤ ਜੌਨ ਡੀ ਬ੍ਰਿਟੋ ਨੂੰ ਉਹਦੀ ਸ਼ਹੀਦੀ ਦੇ ਸਮੇਂ ਬਰਾਦਰੀ ਪ੍ਰਦਾਨ ਕੀਤੀ ਹੈ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹੀ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ ਇਹ ਸਹੀ ਅਤੇ ਯੋਗ ਹੈ ਏ ਪ੍ਰਭੂ ਪਵਿੱਤਰ ਬਾਪੂਰੀ ਕੁਦਰਤ ਵਾਲੇ ਅਤੇ ਅਗਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹ ਅੱਗੇ ਤੇਰਾ ਧੰਨਵਾਦ ਕਰੀਏ ਤੇਰੇ ਪਵਿੱਤਰ ਸ਼ਗੀਦ ਜੌਨ ਡੀ ਬ੍ਰਿਟੋ ਦੇ ਮਸੀਹ ਦੇ ਮਿਸਾਲ ਦੀ ਪੈਰਵੀ ਕੀਤੀ ਅਤੇ ਤੇਰੇ ਪਵਿੱਤਰ ਨਾਮ ਦੀ ਵਡਿਆਈ ਦੇ ਲਈ ਆਪਣੇ ਜਾਨ ਕੁਰਬਾਨ ਕੀਤੀ ਉਹਦੀ ਮੌਤ ਤੇਰੀ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਅਤੇ ਮਨੁੱਖੀ ਕਮਜ਼ੋਰੀਆਂ ਦੇ ਵਿੱਚ ਇੱਕ ਚਮਕ ਦੀ ਗਵਾਹੀ ਹੈ ਤੂੰ ਕਮਜ਼ੋਰ ਲੋਕਾਂ ਨੂੰ ਚੁਣ ਲੈਂਦਾ ਹੈ ਅਤੇ ਉਹਨਾਂ ਨੂੰ ਆਪਣੀ ਸ਼ਕਤੀ ਅਤੇ ਫਸਲ ਦੇ ਕੇ ਮਸੀਹ ਤੇਰੇ ਪ੍ਰਭੂ ਦੇ ਰਾਹ ਈਮਾਨ ਦੀ ਗਵਾਹ ਬਣਾਉਂਦਾ ਹੈ ਹੁਣ ਅਸੀਂ ਸੁਰਗ ਦੀਆਂ ਤਾਕਤਾਂ ਅਤੇ ਸ਼ਹੀਦੀ ਦੇ ਨਾਲ ਰਲ ਕੇ ਤੇਰੀ ਸ਼ਾਨ ਦੀ ਅਟੂਟ ਗੀਤ ਗਾਉਂਦੇ ਹੋਏ ਯੇ ਪੁਕਾਰਦੇ ਹਾਂ ਲਸ਼ਕਰਾਂ ਦੇ ਪ੍ਰਭੂ ਖੁਦਾ ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ ਉਚਾਈਆਂ ਵਿੱਚ ਹੋਸਾਨਾ ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ ਉਚਾਈਆਂ ਵਿੱਚ ਹੋਸਾਨਾ ਹੇ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ ਤੇਰੇ ਬੇਟੇ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹ ਗਏ ਅਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ ਤੂੰ ਲਗਾਤਾਰ ਆਪਣੇ ਲਈ ਪ੍ਰਚਾਈ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਿਖਣ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ ਇਸ ਲਈ ਇਹ ਪ੍ਰਭੂ ਅਸੀਂ ਹਲੀਮੀ ਦੇ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਆਪਣੀ ਮਿਹਰ ਦੇ ਨਾਲ ਹੋਏ ਰੂਹ ਪਾਕ ਦੇ ਰਾਗੀ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੇ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਹੁਕਮ ਨਾਲ ਅਸੀਂ ਇਹਨਾਂ ਪੇਦਾਂ ਨੂੰ ਮਨਾਉਂਦੇ ਹਾਂ ਜਿਸ ਰਾਤ ਉਸ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦੀ ਆ ਬਰਕਤ ਦਿੱਤੀ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚ ਖਾਓ ਕਿਉਂਕਿ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਐ ਮੇਰੇ ਪ੍ਰਭੂ ਐ ਮੇਰੇ ਖੁਦਾ ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ ਤੇਰਾ ਧੰਨਵਾਦ ਕਰਦੀ ਆ ਬਰਕਤ ਦਿੱਤੀ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਹੂ ਅਤੇ ਇਸ ਵਿੱਚੋਂ ਪੀਵੋ ਕਿਉਂਕਿ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤੀਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ ਐ ਮੇਰੇ ਪ੍ਰਭੂ ਐ ਮੇਰੇ ਖੁਦਾ ਈਮਾਨ ਦਾ ਭੇਦ ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀਵਤ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ ਇਸ ਲਈ ਇਹ ਪ੍ਰਭੂ ਅਸੀਂ ਤੇਰੇ ਬੇਟੇ ਮੁਕਤੀਕਾਰੀ ਮੁੱਖ ਭੋਗ ਅਤੇ ਉਹਦੇ ਜਲਾਲੀ ਜੀਵਨ ਅਤੇ ਸੁਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਹਦੇ ਦੂਜੀ ਵਾਰ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੀ ਹਾਂ ਇਹ ਜੀਵਨ ਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਆਪਣੇ ਕਲੀਸੀਏ ਦੇ ਚੜਾਵੇ ਅਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਹਿਚਾਣ
ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਦੇ ਨਾਲ ਰਚਾਏ ਹੋਏ ਅਤੇ ਉਹਦੇ ਰੂਪ ਆਗ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵ ਨਜ਼ਰਾਣਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ, ਖਾਸ ਕਰਕੇ ਤਨ ਕੁਵਾਰੀ ਮਰੀਏ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸਨ ਦੇ ਯੂਸਫ ਦੇ ਨਾਲ, ਤੇਰੇ ਤਨ ਰਸੂਲਾਂ ਸ਼ਹੀਦਾਂ ਸੰਤ ਜੌਨ ਡੀ ਬ੍ਰਿਟੋ ਅਤੇ ਸਾਰੇ ਸੰਦਾਂ ਦੇ ਨਾਲ ਉਹਨਾਂ ਦੇ ਵਿਰਸੇ ਦੀ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲੱਖਾਧਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸ ਰੱਖਦੇ ਹਾਂ। ਹੇ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਸਾਡੇ ਮੁੜ ਮਿਲਾਪ ਦੀ ਇਸ ਕੁਰਬਾਨੀ ਸਭ ਦੁਨੀਆਂ ਦੀ ਸ਼ਾਂਤੀ ਅਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਧਰਤੀ ਅਤੇ ਫੇਲੀ ਆਪਣੇ ਯਾਤਰੀ ਕਲੀਸੀਆਂ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਵਿਸ਼ਵ ਫ੍ਰਾਂਕੋ, ਵਿਸ਼ਵ ਆਗਨਲੋ, ਕੁੱਲ ਦੁਨੀਆਂ ਦੇ ਵਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਭਾਵ ਸੰਸਾਰ ਵਿੱਚ ਕਿਲਰੇ ਹੋਏ ਤੇਰੇ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣਾਂ ਭਰਾਵਾਂ ਨੂੰ ਅਤੇ ਉਹਨਾਂ ਸਾਰੀਆਂ ਨੂੰ ਜਿਹੜੇ ਤੈਨੂੰ ਕੁਛ ਕਰਦੀ ਇਸ ਸੰਸਾਰ ਵਿੱਚ ਚਲਾਨਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਖਾਰ ਰੱਖਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹ ਗਏ, ਜਿਸ ਰਾਹ ਗਏ ਤੂੰ ਦੁਨੀਆਂ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸੇ ਰਾਹੀ ਅਤੇ ਉਸੇ ਨਾਲ ਅਤੇ ਉਸੇ ਵਿੱਚ ਹੇ ਖੁਦਾ, ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ, ਆਮੇਨ। ਆਓ ਅਸੀਂ ਸਾਰੇ ਮਿਲ ਕੇ ਭਰੋਸੇ ਦੇ ਨਾਲ ਖੁਦਾ ਬਾਪ ਦੀ ਅੱਗੇ ਪ੍ਰਾਰਥਨਾ ਕਰੀਏ। ਖੁਦਾ ਬਾਪ ਦੀ ਅੱਗੇ ਆਪਣੇ ਸਾਰੇ ਲੋੜਾਂ ਨੂੰ, ਜ਼ਰੂਰਤਾਂ ਨੂੰ, ਪ੍ਰਾਰਥਨਾਵਾਂ ਨੂੰ ਪੇਸ਼ ਕਰੀਏ ਅਤੇ ਸਾਰੇ ਮਿਲ ਕੇ ਪੂਰੇ ਵਿਸ਼ਵਾਸ ਦੇ ਨਾਲ ਆਖੀਏ। ਏ ਸਾਡੇ ਬਾਪ, ਜੋ ਤੇਰਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਅਸੂਲ ਸਾਨੂੰ ਮਾਫ਼ ਕਰ, ਜਿਸ ਤਰ੍ਹਾਂ ਅਸੀਂ ਆਪਣੇ ਅਸੂਲ ਵਾਲਿਆਂ ਨੂੰ ਮਾਫ਼ ਕਰਦੇ ਹਾਂ। ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੇ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੇਸ਼ੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਜਲਾਲ ਯੁਗ ਯੁਗ ਤੇਰਾ ਹੀ ਹੈ। ਹੇ ਪ੍ਰਭੂ ਯੇਸ਼ੂ ਮਸੀਹਾ, ਤੋਂ ਆਪਣੇ ਰਸੂਲਾਂ ਨੂੰ ਆਖੀਆਂ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸੀਆ ਦੇ ਮਾਂ ਨੂੰ ਵੇਖ ਅਤੇ ਉਸਨੂੰ ਤੇਰੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ, ਆਮੇਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਇੱਕ ਦੂਜੇ ਨੂੰ ਸ਼ਾਂਤੀ ਦਾ ਸਲਾਮ ਦੇਈਏ। ਐਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੀ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੀ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦੇ ਲੈਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ, ਤਾਂ ਨਿਹਨ ਉਹ ਜਿਹੜੇ ਲੇਲੇ ਦੇ ਬੋਝ ਲਈ ਸੱਦੇ ਗਏ ਹਨ। ਹੈ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛਾਤੀ ਥੱਲੇ ਆਵੇਂ, ਪਰ ਤੇਰੇ ਕੀ ਸ਼ਬਦ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਜ਼ਿੰਦਗੀ ਯੀਸ਼ੂ
ਤੂੰ ਸਾਨੂੰ ਪਿਆਰ ਦੇ ਰੋਟੀ ਜ਼ਿੰਦਗੀ ਯੇਸ਼ੂ ਤੂੰ ਦੇ
कोई मेरी पैरवी करना चाहता है तो वह अपनी आप का इनकार करे अदी अपनी सलीब चुक के मेरे पिछे चलिया आवे। असी प्रार्थना करिए। हे खुदा साढ़े बाप, इन्हां पाक पैदा विच हिस्सा लैण नाल सानू भी ओ बहादरी दी रूह मिले जिसने संत जॉन डी बिट्ठो नूं सेवा दे विच ईमानदार अते शहीदी विच फतेह पाउण वाला बना दिता है। साढ़े प्रभु येशु मसीह दे रागी आमेन। प्रभु तुहाडे नाल होवे अते तुहाडी रूह नाल भी होवे। पूरी कुदरत वाले खुदा बाप अते बेटे अते रूह पाक तुहानूं सारियां नूं आशीर्वाद देवे आमेन। कुर्बानी अर्पण कीती गई मसीह दे शांति विच आईए खुदा दा शुक्र होवे। दुआ याद कर नहायत मेहबान कुआरी मरियम, पैगा दिनी सुनिया गया कोई भी तेरी पनाह लभदिया तेरी मदद चाहुंदिया तेरी सिफारिश मंगदिया तैथों खाली गया होवे। ऐ कुआरी कुआरियां दी अति मेरी मां इस तसल्ली नाल मैं तेरे को नसा हुंदा हां अते तेरे को खलो के मैं गुनाही रहिंदा हां। ऐ दी तारी हुई कलाम दी मां मेरी अजन नूं की ना जान सब मेर बनना सुन अते कबूल कर आमीन। मां मरियम शांति दी रानी साडे लई दुआ कर। मैं साडी मां नेक प्यारी मां अर्श फर्श ते मुबारकियो दाना मरियम मैं साडी मां नेक प्यारी मां अर्श फर्श ते मुबारकियो दाना जरूर दाज होयो मददगारे साडिया जरूर दाज होयो मददगारे गल मिल गुने होगे गाये सुभाषा गल मिल गुने होगे गाये सुभाषा साडी मां एक प्यारी मां अर्श परश ते मुबारकियो दाना ओदी तारीफ विच गावे संसारे ओदी तारीफ विच गावे संसारे अंबर दे दूत गावन ओदी जय जयकार अंबर दे दूत गावन ओदी जय जयकार मैं साडी मां एक प्यारी मां अर्श परश ते मुबारकियो दाना मैं साडी मां एक प्यारी मां हर से परे से ते मुबारकियो दाना।